ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਫਿਰ ਮਿਲੋ ਜੀ ਭਜਨ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ ਲਓ ਜੀ ਬਾਈ ਪਿਛਲੀ ਵੀਡੀਓ ਤੁਸੀਂ ਦੇਖਿਆ ਜੀ ਤਾਂ ਸਾਡੇ ਵੀ ਮਸ਼ੀਨ ਦੀ ਸਾਫ਼ ਸਫਾਈ ਆ ਕਰਕੇ ਧੋ ਧਵਾਈਆ ਕਰਕੇ ਖੜੀ ਕਰ ਲਈ ਸੀ ਜਾਣ ਵਾਸਤੇ ਬਾ ਰਵਾਨਗੀ ਦੀ ਰਾਤ ਮੰਨ ਲਓ ਕੱਲ੍ਹ ਅੱਜ ਸਵੇਰੇ ਰਵਾਨਗੀ ਦਾ ਟਾਈਮ ਦਾ ਪਰ ਇੱਥੇ ਤਾਂ ਫੋਨ ਆਇਆ ਰਤਲਾਮ ਨਾਗ ਦਾ ਸਾਰੇ ਉੱਧਰ ਅੱਜ ਮੀਂਹ ਪੈ ਗਿਆ ਫਿਰ ਮੀਂਹ ਪੈਣ ਕਰਕੇ ਇੱਕ ਦੋ ਦਿਨ ਕੰਮ ਨਹੀਂ ਚੱਲਦਾ ਮੈਂ ਕਿਹਾ ਚਲੋ ਇੱਕ ਦੋ ਦਿਨ ਆਇਆ ਬਾਈ ਜਿਹੜਾ ਜਾਣ ਦਾ ਖਰਚਾ ਇਹੀ ਭਜਨ ਬਾਈ ਨੂੰ ਕਿਹਾ ਇੱਥੇ ਪੂਰਾ ਕਰ ਲਓ ਹੈਂ ਹਾਂਜੀ ਹਾਂਜੀ ਤੇ 5000 ਦਾ ਫੂਕ ਕੇ 20000 ਦਾ ਕੰਮ ਕਰਾਂਗੇ ਉਹੀ ਆਪਾਂ ਨੂੰ ਜਾਣ ਦਾ ਰਸਤਾ ਆਪਣਾ ਕੋਈ ਉਹ ਨਹੀਂ ਹੋਊਗਾ ਤੇਲ ਖਰਚਣ ਮਰ ਜਾਣਗਾ ਆਪਣਾ ਰਸਤੇ ਦਾ ਹੀ ਖਰਚਾ ਪਾਣੀ ਬਣੂਗਾ ਹੀ ਕੁਝ ਹਾਂ ਹਾਂ ਖਰਚਾ ਪਾਣੀ ਬਣੂਗਾ ਹੀ ਬਾਈ ਕੁਝ ਹੈ ਕਹਿੰਦੇ ਮੈਂ ਨਹੀਂ ਜਮਾ ਗੱਲ ਸਹੀ ਹੈ ਜੀ ਮਸ਼ੀਨ ਤਾਂ ਫਿਰ ਵੀ ਤੋ ਹੋ ਜੂਗੀ ਹੁਣ ਆਪਣਾ ਉੱਥੇ ਕੱਢਣਾ ਉਹ ਤਾਂ ਆਪਣੇ ਸ਼ੌਂਕ ਦੇ ਮੁੱਲ ਥੋੜੀ ਹੁੰਦਾ ਜਿਹੜਾ ਸ਼ੌਂਕ ਦਾ ਮੋਟਰ ਆਪਾਂ ਐਂ ਥੋੜੀ ਵੀ ਕਚਰਾ ਬਣਾ ਕੇ ਰੱਖਣੀ ਆ ਫੇਰ ਤੋ ਹੋਣੀ ਪੈ ਜਾ ਨਾ ਵੀ ਕੋਈ ਗੱਲ ਨਹੀਂ ਬਿਲਕੁਲ ਆ ਕੇ ਗੱਲ ਦਾ ਭਾਵ ਤੇਰੇ ਆ ਕੇ ਗੱਲ ਕਰਦੇ ਭਾਈ ਜੀ ਅੱਜ ਸਾਡੀ ਜਾਣੇ ਦੀ ਤਿਆਰੀ ਸੀ ਜੀ ਸਾਨੂੰ ਕੋਸਾ ਚ 20 25 ਕਿੱਗੇ ਫੇਰ ਮਿਲ ਗਿਆ ਸੀਗਾ ਚਲੋ ਕਾਹਨੂੰ ਖੜਨਾ ਵੱਡ ਕੇ ਚੱਲਦੇ ਠੀਕ ਆ ਆਪਾਂ ਹੈਗਾ 15 20000 ਦਾ ਕੰਮ ਹੈਗਾ ਬਾਈ ਜ਼ਰੂਰ ਛੱਡ ਕੇ ਜਾਣਾ 15000 ਦਾ ਕੰਮ ਆ ਹੈ ਹਾਂਜੀ ਹਾਂਜੀ ਜ਼ਰੂਰ ਛੱਡ ਕੇ ਜਾਣਾ ਬਾਕੀ ਤਾਂ ਧੋਣੇ ਧੋਣੇ ਵਾਲੀ ਗੱਲ ਤਾਂ ਹੁਣ ਛੱਡ ਪਰੇ ਤੂੰ ਇਹਦਾ ਚਾਹੇ 10 ਵਾਰ ਧੋਣੀ ਪੈ ਜਵੇ ਫੇਰ ਧੋ ਦੇਂਗੇ ਧੋਣੇ ਦੀ ਗੱਲ ਤਾਂ ਹੈ ਨਹੀਂ ਆਪਾਂ ਨੂੰ ਇਹਦਾ ਫੇਰ ਤੋ ਹੋ ਜੂਗੀ ਕਹਿਣਾ ਦਾ ਮਤਲਬ ਆਪਾਂ ਨੂੰ ਕੰਮ ਮਿਲ ਗਿਆ ਕੰਮ 20 25 ਵੀ ਆਪਾਂ ਨੇ ਛੱਡਣੇ ਥੋੜੀ ਬਾਈ ਜਾਂਦੇ ਜਾਂਦੇ ਮਿਲ ਗਏ ਏਜੰਟ ਕਹਿੰਦਾ ਵੱਢੂਗੇ ਮੈਂ ਹਾਂ ਵੱਢ ਦਿੰਨੇ ਆ ਉਧਰ ਮੀਂਹ ਪੈ ਗਿਆ ਅੱਜ ਰਤਲਾਮ ਏਰੀ ਜੀ ਮੀਂਹ ਪੈ ਗਿਆ ਸਾਰੇ ਉਧਰ ਮੀਂਹ ਪਈ ਜਾਂਦਾ ਹਜੇ ਮੀਂਹ ਪੈਣ ਕਰਕੇ ਨਾ ਥੋੜਾ ਜਿਹਾ ਕੰਮ ਖਰਾਬ ਹੁੰਦਾ ਬ੍ਰੇਕ ਲੱਗਦੀ ਹੈ ਜੀ ਉੱਥੇ ਜਾ ਕੇ ਬਾਈ ਖੜਾਂਗੇ ਉਹੀ ਦੋ ਦਿਨ ਕੱਲ ਨੂੰ ਅੱਜ ਕੱਲ ਨੂੰ ਸਵੇਰੇ ਤੁਰ ਪਾਂਗੇ ਕੱਲ ਨੂੰ ਸਾਰੀ ਦਿਹਾੜੀ ਖਿੱਚ ਕੇ ਮਸ਼ੀਨ ਸ਼ਾਮ ਨੂੰ ਖਿੱਚ ਕੇ ਇੱਕ ਵਾਰ ਗੁਜਰਾਤ ਦਾ ਬਾਰਡਰ ਪਾਰ ਕਰ ਦਈਏ ਫਿਰ ਤਾਂ ਆਪਾਂ ਜਾਨੇ ਐਮਪੀ ਚ ਕੋ ਰਾਜਸਥਾਨ ਚ ਵੜ ਗਏ ਫਿਰ ਕੋਈ ਦਿੱਕਤ ਨਹੀਂ ਹੈਗੀ ਥੋੜੀ ਰਾਜ ਇਹਦੇ ਅਹਿਮਦਾਬਾਦ ਕੋਲ ਨੂੰ ਇੱਕ ਪਿੰਡ ਦੱਸਦੇ ਕੜੀ ਪਿੰਡ ਦੱਸਦੇ ਆ ਹਾਂਜੀ ਉੱਥੇ ਨੂੰ ਲੁੱਟ ਖੋ ਜਾਰੇ ਦੱਸਦੇ ਸਰ ਉਹ ਏਰੀਆ ਦੇਖ ਕੇ ਕੱਢਾਂਗੇ ਆਪਾਂ ਹਿਸਾਬ ਨਾਲ ਉਹ ਏਰੀਆ ਆਪਾਂ ਦੇਖ ਕੇ ਆਪਣੇ ਹਿਸਾਬ ਨਾਲ ਕੱਢਾਂਗੇ ਆਪਾਂ ਗੁਜਰਾਤ ਤੇ ਕੱਲ ਅਹਿਮਦਾਬਾਦ ਉਹਨੇ ਪਾਰ ਕਰਕੇ ਰਾਜਸਥਾਨ ਚ ਬੜਿਆ ਦਾ ਉਹਨੇ ਮੈਨੂੰ ਫੋਨ ਕਰਿਆ ਬਹੁਤ ਧੰਨਵਾਦ ਬਾਈ ਦਾ ਕਹਿੰਦਾ ਬਾਈ ਮਾੜਾ ਜਿਹਾ ਦੇਖ ਕੇ ਆਇਓ ਇਹ ਲੁੱਟ ਖੋ ਥੋੜੀ ਜ਼ਿਆਦਾ ਕਰਨੇ ਰੋਡ ਤੇ ਕਹਿੰਦਾ ਬੜੇ ਰੋਡ ਤੇ ਜ਼ਿਆਦਾਤਰ ਰਹੋ ਪਿੰਡਾਂ ਚ ਨੂੰ ਨਾ ਵੜਿਓ ਉਹ ਸੂਈਗਾਂ ਵਾਲਾ ਆਪਾਂ ਰੋਡ ਨਹੀਂ ਜਾਣਾ ਹਾਂ ਸੂਈਗਾਂ ਵਾਲਾ ਰੋਡ ਨਹੀਂ ਜਾਣਾ ਆਪਾਂ ਉੱਥੇ ਥੋੜੀ ਲੁੱਟ ਖੋਈ ਵੱਧਦਾ ਜੀ ਸੂਈਗਾਂ ਤਾਂ ਅਸੀਂ ਆਏ ਆ ਰਾਤ ਨੂੰ ਬਾ ਉਹੀ ਬਾ ਥੋੜਾ ਜਿਹਾ ਰਿਸਕੀ ਉਹ ਆ ਰੋਡ ਜਿਹੜਾ ਸਿੰਗਲ ਜਿਹਾ ਰੋਡ ਆ ਹਾਂ ਸਿੰਗਲ ਜਿਹਾ ਆਪਾਂ ਆਏ ਸੂਈਗਾਂ ਉੱਥੇ ਬੜਾ ਲੁੱਟ ਰੱਖੇ ਉੱਥੇ ਬੜਾ ਲੁੱਟਦੇ ਗੱਡੀਆਂ ਨੂੰ ਹੋਰ ਨਿੰਮੇ ਰੋਟੀ ਰੋਟੀ ਖਾ ਜਾਂਦੀ ਬਾਈ ਜਮਾ ਓਕੇ ਆ ਰੋਟੀ ਰਾਟੀ ਖਾ ਕੇ ਆਇਆ ਠੀਕ ਆ ਨਾ ਕਿਹਾ ਤਾਂ ਫੋਨ ਕਰਕੇ ਵੀ ਰੋਟੀ ਰੋਟੀ ਬਾਈ ਆਪਣੇ ਬਾ ਚੱਲੂ ਮੈਂ ਬਾਈ ਸਵੇਰੇ ਸਾਜਰੇ ਅੱਜ ਮਸ਼ੀਨ ਧੋਣੀ ਦਾ ਹੁਣ ਕਿਹਾ ਬਸ ਜਿਹੜਾ ਮੰਨ ਲਓ ਗੜਦਾ ਫੜਦਾ ਪਊਗਾ ਬਲਾਂ ਹੁਣ ਐ ਚਮਕਦੀ ਆ ਰਾਣੀ ਜੇ ਤਾਂ ਵੱਧਦੀ ਆ ਭੱਜੀ ਪੂਰੀ ਬਾਈ ਹੈ ਬਾਈ ਐ ਵੀ ਕੰਮ ਜਾਂਦੇ ਮੈਂ ਕਿਹਾ ਕਾਹਨੂੰ ਛੱਡ ਕੇ ਜਾਣਾ 20 30 ਵਿਗਿਆਂ ਦਾ ਕੰਮ ਹੈਗਾ ਬਾਕੀ ਹਵਾ ਹੀ ਮਾਰਨੀ ਪੈਣੀ ਆ ਮਸ਼ੀਨ ਤੇ ਹੋਰ ਤਾਂ ਕੀ ਕਰਨਾ ਪੈਣਾ ਬਾਕੀ ਧੋਣੇ ਵਾਲੇ ਦਾ ਗੱਲ ਬਾਈ ਚਾਹੇ 10 ਵਾਰ ਧੋਣੇ ਹਾਂ ਨਿੰਮੇ ਬਾਹਰੇ ਖੜਨਾ ਤੇ ਤੋਂ ਬਾਹਰ ਖੜਨਾ ਹਾਂ ਬਾਹਰ ਕਿਉਂ ਖੜਨਾ ਉਹ ਜਿਹੜਾ ਗਾਂ ਜਾਣਾ ਉਹ ਕਹਿੰਦਾ ਜਿੱਥੇ ਅਸੀਂ ਪੁੱਛ ਕੇ ਅਸੀਂ ਉੱਥੇ ਕਿਸਾਨ ਨੇ ਆਣਾ ਹਨਾ ਮਤਲਬ ਖੇਤ ਵਾਲੇ ਨੇ ਜੇ ਅੱਗੇ ਪਿੱਛੇ ਨਾ ਲੰਘਣਾ ਜਾਂ ਗੇਟ ਦੇ ਕੋਲ ਨੂੰ ਖੜਨਾ ਬਸ ਪੇਮੈਂਟ ਰੱਖਣੀ ਆ ਕੈਸ਼ ਕੋਈ ਧਾਰ ਨਹੀਂ ਪੇਮੈਂਟ ਤਾਂ ਹੀ ਪਹਿਲਾਂ ਹੀ ਕਹਿਤਾ ਸੀਗਾ ਜੀ ਕੈਸ਼ ਨਗਦ ਲੈਣਾ ਦਾ ਹਾਂ ਕਹ ਬਾਈ ਨਗਦ ਅੱਜ ਤਾਂ ਅੱਖਾਂ ਖੁੱਲੀਆਂ ਲੱਗਦੀਆਂ ਕੁਝ ਅੱਜ ਤਾਂ ਚਰਾਗ ਮੰਗਣਾ ਖੁੱਲੀਆਂ ਖੁੱਲਣਗੀਆਂ ਅਜੇ ਤਾਂ ਹੌਲੀ ਹੌਲੀ ਹੋਰ ਖੁੱਲਣਗੀਆਂ ਜਦੋਂ ਜਾ ਆਪਣੇ ਗਾਂ ਨੂੰ ਉਹਦੇ ਉਹ ਜ਼ਿਆਦਾ ਖੁੱਲੀ ਜਾਣਗੀਆਂ ਹੌਲੀ ਕਿਉਂ ਉੱਤੇ ਜਾਏਗਾ ਤੇ ਜ਼ਿਆਦਾ ਖੁੱਲ ਜਾਣੀਆਂ ਉੱਤੇ ਜਾ ਕੇ ਫਿਰ ਕੰਮ 'ਚ ਉਹ ਹੋ ਜਾਣਗੇ ਕੰਮ 'ਚ ਨਹੀਂ ਬਾਈ ਉੱਧਰ ਨੂੰ ਗੱਲ ਪਤਾ ਕਿਆ ਹੋ ਜਾਣੀ ਉੱਧਰ ਨੂੰ ਫਿਰ ਪੰਜਾਬ ਦੇ ਨੇੜੇ ਜੇ ਲੱਗ ਜੇ ਜਿਹੜੇ ਹੁਣ ਫੋਨ ਆਈ ਜਾਂਦੇ ਬਾਰ ਬਾਰ ਉਹ ਥੋੜੇ ਜਿਹੇ ਘੱਟ ਵੀ ਜਾਣਗੇ ਫਰਕ ਪਈ ਜਾਂਦਾ ਫਰਕ ਪਈ ਜਾਂਦਾ ਗੱਲ ਸਹੀ ਹੈਗੀ ਕਿ ਨਹੀਂ ਹੋਰ ਚਲੀਏ ਜੀ ਹੁਣ ਆਪਾਂ ਕਹਾਂ ਹਾਂ ਆਪਾਂ ਦੇਖੀ ਜਾ ਕੇ ਹੋਰ ਇੱਕ ਦੋ ਬੰਦਿਆਂ ਦੇ ਜਿਨ੍ਹਾਂ ਦੇ ਪੈਸੇ ਲੈਣੇ ਉਹਨਾਂ ਦਾ ਫੜੀਏ ਹਾਂ ਯਾਰ ਪੈਸੇ ਲੈਣੇ ਮੈਨੇ ਤਾਂ ਹੀ ਚੱਲੂਗਾ ਹੁਣ ਭੂਤ ਕੀ ਕਹਿੰਦਾ ਭੂਤ ਤਾਂ ਕੁਛ ਨਹੀਂ ਕਹਿੰਦਾ ਹੈਗਾ ਇੱਕ ਡੇਢ ਵਜੇ ਆਉਣਾ ਉਹਨਾਂ ਆਪਣੇ ਵਾ ਅੱਛਾ ਭੂਤਨਾਂ ਦੇ ਇੱਕ ਡੇਢ ਉਹ ਕਹਿੰਦਾ ਉਹ ਤਾਂ ਕੋਈ ਚੱਕਰ ਨਹੀਂ ਉਹ ਕਹਿੰਦਾ ਮੈਂ ਦੇ ਦਿੰਦਾ ਘਰ ਤੇ ਕੋਈ ਐਸੀ ਗੱਲ ਨਹੀਂ ਚੱਲ ਠੀਕ ਆ ਵੱਢ ਕੇ ਆ ਜਾਓ ਤੁਸੀਂ ਠੀਕ ਆ ਠੀਕ ਆ ਬਾਈ ਜੀ ਬਾਈ ਵੀਡੀਓ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਭਰਾ ਵੀਰ ਭਰਾਵਾਂ ਨੂੰ ਆ ਕੀ ਲਿਖਿਆ ਆ ਆ ਕੇ ਦੇਖਣ ਦਾ ਹਾਂ ਬਹੁਤ ਧੰਨਵਾਦ ਸਾਡਾ ਆ 3.5 ਰੁਪਏ ਦੀ ਪੈਨਸਲ ਖਰਾਬ ਕਰਤੀ ਸਾਡੀ ਤੂੰ ਕੀ ਲੈਣਾ ਯਾਰ ਬਾਈ ਯਾਰ ਭਲਾ ਦੀ 100 ਦੀ ਆ ਕਹਿੰਦੇ ਨੇ ਸਾਡੀ ਪੈਨਸਲ ਤੇ ਭਲਾ ਦੀ 100 ਦੀ ਲੈਣਾ ਬਾਈ ਮੈਂ ਫੇਰ ਕੋਈ ਨਹੀਂ ਲਿਖ ਦਾਂਗੇ ਆ ਤੇ ਜੇਬ ਚ ਹੀ ਰੱਖਦੇ ਆਪਾਂ ਹੈ ਤੇਰੇ ਰੱਖਿਆ ਹੋਵੇ ਹੁਣ ਤਾਂ ਆਪਣਾ ਮਸ਼ੀਨ ਤੇ ਅਸੀਂ ਸਾਡਾ ਹੁਣ ਤਾਂ ਤੇਰਾ ਥੋੜੀ ਆ ਚਲੀਏ ਫਿਰ ਹਾਂ ਜੀ ਚਲੋ ਜੀ ਚਲੋ ਬਾਈ ਚੱਲਦੇ ਆ ਖੇਤ ਵੀ ਵੱਢਿਆ ਗਿਆ ਇਹ ਖੇਤ ਵਾਲੇ ਨੇ ਮੈਂ ਪੇਮੈਂਟ ਕਰਤੀ ਬਾਈ ਸਾਰੀ ਇਹਦੀ ਹੋ ਗਈ ਗਾਂ ਵਾਲੇ ਤਾਂ ਦੇਖ ਲਿਓ ਕਿੱਥੇ ਕਰਨਾ ਠੀਕ ਆ ਚਲੋ ਭਜਨ ਚਲੀ ਆ ਜਾ
ਵਿੱਚ ਨੂੰ ਬਾਜਰਾ ਬੂਜਰਾ ਬਾਈ ਬੀਜ ਵੀ ਦਿੱਤਾ ਦੇਖ ਲਓ ਆਹ ਖੜਾ ਆਪਣਾ ਮੋਟਰਸਾਈਕਲ ਵੀ ਉੱਥੇ ਹੀ ਲਿਆਂਦਾ ਪਿਆ ਅੱਜ ਕੱਲ੍ਹ 'ਚ ਚਾਰ ਵਿਘੇ ਦੱਸੇ ਆ ਬਾਈ ਇਹਨੇ ਸਹੀ ਦੱਸੇ ਆ ਚਾਰ ਵਿਘੇ ਪਚਾਨਵੇਂ ਉੱਧਰੇ ਜਾਣਾ ਰਾਜੂ ਉੱਧਰੇ ਚੱਲੀਏ ਫਿਰ ਆਪਾਂ बिस्तरे बाहर पए थे अज दो तीन दिन हो गए सुनद पंजाब एम पी दे हरियाणा सारी जगह मीह पै गया बस एक गुजरात रहता इतने पै गया अज बिस्तरे भाई साढ़े बाहर पए थे ये बेहतर लग गया पैण उ भी बहुत मोटा कणी आ भाई देखो टीना कमें खड़क दियाँ हाँ करूगा गा कण मण हटदा नहीं भाई बर्फे कई जगह बर्फे गिरी है वजह ना हाँ खड़का ही बहुत होंगे भाई इन्ना खड़का चलिए मशीन को लाइए दस भी कहीं जो लगती है हैं बढ़ लो लाहे दे मसले हाँ आ चलिए बाट गया मीह भी हट गया समान बछड़ी इधर नहा टेटा करना पैना है हटता गया भाई पर मोटिया का बाद शहर के जायतपुर शहर के परले पासे तो गया पै पूरा पै गया जिम्मे असं उधर से ही आए हैं हूँ उधर तो मीह पूरा पै गया बहुत भज नट के बचे हाँ बाकी आ इत अपने बिस्तरे बहर पे थे बिस्तरे चकने दिया देख लो इधर भी आ गया देखो कि चल भजन चलिए जो दस क बिगे हाँ एक बंद कहना भी हूँ वो चेता है कल सारी जी मशीन ने ग्यारह बारह बजे बाद खड़ी रही जानी बोलिया अज उन्हू चेता आया भी हाँ मेरा खेत बढ़ना है चलिए हाँ जी हाँ जी मीह आ गया दस बिगे का ला के आओ देखना भी मीह बस दस बिगे भी कि मीह पा दस बिगे बनना छेती आ जा छेती आ जा छेती कटर कुटर पा के चलो जी भाई मशीन को पहुंचता गए तो खिंच दू गए मोटरसाइकिल पर नहीं हार गए नहीं वड्डे गए है भजन भाई मीह खासा पै गया आ गया तो न्योला एक ना वीर ने तेरी पिछली वीडियो उम्र पूछी है कहना किन्नी उम्र है तेरी उम्र है की वीर मेरी एक घट साठ साल दी है एक घट साठ साल दी ठीक है भाई एक घट साठ साल दी उम्र है भजन भाई दी मेनू कमेंट आया था वीडियो में देखिया चल हूं अगले ने करे आपां दस्सता बह जाओ हजे बह जाओ राजू खड़ जा मीह हटे से ले जी ओ मीह हटे से ले जाओ करता मीह ने काम उ भाई चल हूं तो अपना काम खत्म है अपना रवाना ही होना था खत्म मैं तो आप कहता वहां चल 5000 दे 6000 दे बन दे ही काम कर दे ही हैं पैरा भी रब ने दिता भाई है हटे नहीं है मीह मशीन ले गए
ਇਹਨਾਂ ਨੂੰ ਇੰਨਾ ਚਾਅ ਹੋ ਜਾਂਦਾ ਨਾ ਬਾਈ ਪਾਣੀ ਗਿਰਦਾ ਜਾਂ ਨਾ ਪਿੰਡੇ ਪਰ ਕੱਲ ਮਸ਼ੀਨ ਧੋਂਦੇ ਤੇ ਚਾਵਲ ਚਾਵਲ ਲੱਗੇ ਫਿਰਦੇ ਅੱਜ ਦਿਲੋਂ ਮੀਂਹ 'ਚ ਮਸ਼ੀਨ ਲੈ ਗਏ ਚੱਲ ਵਧੀਆ ਮਾੜਾ ਜਿਹਾ ਹੋਰ ਇੱਕ ਵਾਰ ਪਾਣੀ ਜਿਹਾ ਫਿਰ ਜੂਗਾ ਹੁਣ ਚੱਲੀਏ ਵੀ ਆਪਾਂ ਵੀ ਦੇਖੀਏ ਕਿਆ ਖੜ ਕੇ ਜਾਣਾ ਮੀਂਹ ਜ਼ਿਆਦਾ ਪੈ ਗਿਆ ਭੱਜਣਾ ਹੁਣ ਨਹੀਂ ਕੰਮ ਚੱਲਦਾ ਦੇਖ ਲਓ ਬਾਈ ਹਨੇਰੀ ਵੀ ਚੱਲਦੀ ਹੈ ਗੱਲ ਪੰਜਾਬ 'ਚ ਜਮਾਂ ਹੀ ਕਣਕਾਂ ਵਿਛਾ ਕੇ ਛਿੜਦੇ ਜਮਾਂ ਹੀ ਭੱਜਣ ਕਣਕਾਂ ਵਧੀਆ ਪਰ ਚਲੋ ਜਿਹੜਾ ਘਰ ਮਾਲਕ ਨੇ ਲਿਖਿਆ ਹੋਇਆ ਦਾਣਾ ਪਾਣੀ ਹੈ ਨਾ ਚੱਲਦੇ ਮਾੜਾ ਮੀਂਹ ਹਟ ਜਾਵੇ ਵਰਦੀ ਵੀ ਤੁਹਾਨੂੰ ਪਤਾ ਨਵੀਂ ਪਈ ਅੱਜ ਮੈਂ ਧੋਣੇ ਚਾਹੀਦੇ ਕੰਮ ਆਪਾਂ ਹਾਂ ਧਣੀਆਂ ਬੰਨ ਕੇ ਰੱਖਿਆ ਬਾਈ ਦੇਖ ਲਓ ਪੰਡਾਂ 'ਚ ਖੜੇ ਵੀ ਅਸੀਂ ਦੂਏ ਲੋਟੇ ਆ ਕੰਮ ਕੱਚਾ ਜੇ ਡਾਮਾ ਡੋਲ ਜੇ ਹਵਾ ਕਾ ਇਹ ਵੀ ਗਿਰ ਸਕਦੀ ਹੈ ਭਜਨ ਮੈਂ ਉਹੀ ਕਹਿਣਾ ਵੀ ਹਵਾ ਨਾਲ ਗਿਰ ਵੀ ਸਕਦੀ ਹੈ ਬਾਈ ਖੂਹ ਦੇ ਸਾਰੇ ਖੜੇ ਆ ਹਾਂ ਖੂਹ ਤੇ ਜਮੇ ਕੰਡੇ ਤੇ ਖੜੇ ਆ ਖੂਹ ਆ ਇੱਧਰ ਜੇ ਰਾਜੂ ਹੁੰਦਾ ਨੇ ਕੱਦਾ ਭੱਜ ਜਾਣਾ ਕਹਿਣਾ ਬਾਈ ਮੈਂ ਤਾਂ ਚੱਲਿਆ ਤਾਂ ਕਿਆ ਪਤਾ ਕਿਆ ਗਿਰ ਜਾਵੇ ਹੈ ਉਹ ਚੱਲ ਗਈ ਮਸ਼ੀਨ ਵੀ ਉਹ ਦੇਖੋ ਮੰਦਰ ਦੇ ਕੋਲ ਹੁਣ ਤੂੰ ਮੇਰੀ ਗੱਲ ਸੁਣ ਸਮਾਨ ਲੋਡ ਕਰਾ ਹੁਣ ਤਾਂ ਬਾਈ ਨਿਕਲੀ ਉਰੇ ਦੇ ਰਾਹੁਲ ਦਾ ਹੁਣ ਦੀਪੂ ਨੇ ਕਰ ਦੇਣਾ ਹਿਸਾਬ ਕਿਤਾਬ ਪਤਾ ਹੀ ਆਪਾਂ ਨੂੰ ਕੀਤੇ ਰਹਿੰਦੇ ਕੀਤੇ ਲਏ ਹੋਏ ਆ ਹਾਂ ਕਾਪੀ ਮਿਲਾ ਕੇ ਨਿਕਲੋ ਬਾਈ ਉਰੇ ਤੇ ਹੁਣ ਤਾਂ ਹੀ ਕੋਈ ਗਾਂ ਬਣੂਗਾ ਜੇ ਉਰੇ ਨਿਕਲੂਗੇ ਇਹ ਬਾੜੀ ਵੀ ਬਾਈ ਦੂਈ ਓ ਆ ਇਹਦਾ ਕੋਈ ਦਵਾਰ ਨਹੀਂ ਹੈਗਾ ਗੈਂਤੀਆਂ ਕਹੀਆਂ ਦੇਖੋ ਕਿਵੇਂ ਟੰਗੀਆਂ ਹੋਈਆਂ ਭਾਜੀ ਨਾ ਆਹ ਫੌੜਾ ਬਾਈ ਇਹਨਾਂ ਦੀ ਕਹੀ ਆ ਦੇਖ ਲਓ ਐਮ ਪੀ ਵਾਲਿਆਂ ਦੀ ਕਹੀ ਆਪਣਾ ਗੋਹੇ ਵਾਲਾ ਫੌੜਾ ਹੁੰਦਾ ਇਹ ਜਾ ਇਹਨਾਂ ਦੀ ਕਹੀ ਆ ਦੇਖ ਲਓ ਇਹਦੇ ਕਾ ਪਾਣੀ ਮੋੜ ਨੱਕਾ ਨੁੱਕਾ ਮੋੜਨ ਜਾਂਦੇ ਆ ਇਹਦੇ ਕਾ ਮੋੜਨ ਜਾਂਦੇ ਆ ਪਤਾ ਨਹੀਂ ਕਿੰਨਾ ਕੁ ਜ਼ੋਰ ਲਾਉਣਾ ਆਪਣੇ ਹੁਣ ਛੁੱਪ ਨਾਲੇ ਕਿੰਨੀ ਕਹੀ ਤਿੱਖੀ ਹੁੰਦੀ ਆ ਫਿਰ ਵੀ ਆਪਾਂ ਕਿੰਨਾ ਜ਼ੋਰ ਲਾਉਂਦੇ ਆਹ ਦੇਖ ਲਓ ਇਹਨਾਂ ਦੀ ਕਹੀ ਨਾ ਕੋਈ ਤਿੱਖੀ ਆ ਨਾ ਕੋਈ ਕੋਸਾ ਉੱਕਣੇ ਖੂੰਜੇ ਦੇ ਵਿੰਗੇ ਟੇਢੇ ਹੈ ਭਜਨ ਉੱਕਣੇ ਵਿੰਗੇ ਟੇਢੇ ਜੇ ਉੱਕਣੇ ਬਾਕਣੇ ਨੱਕੇ ਮੋੜੀ ਜਾਂਦੇ ਆ ਹੈ ਬਾਕਣੇ ਨੱਕੇ ਮੋੜੀ ਦੇਖ ਲਓ ਉੱਕਣੇ ਨੱਕੇ ਮੋੜੀ ਜਾਂਦੇ ਆ ਚੀਜ਼ ਆ ਲੈ ਜੀ ਐਮ ਪੀ 'ਚ ਵੀ ਇਹੋ ਜਿਹੀ ਆ ਗੁਜਰਾਤ ਵਾਲਾ ਐਮ ਪੀ ਦੇ ਇਕੱਠੇ ਹੀ ਆ ਇਹ ਟੇਪਰ ਜੀ ਬਣਾਈ ਹੋਈ ਆ ਉੱਕਣੇ ਹਿਸਾਬ ਜੇ ਗਏ ਇਹਨੂੰ ਐ ਬਸ ਦੱਬ ਕੇ ਇੱਕ ਬੰਦੇ ਨੇ ਖਿੱਚੀ ਜਾਣੀ ਮਗਰ ਇਹਨੇ ਗੜਾਈ ਕਰੀ ਜਾਣੀ ਬਾਕੀ ਕਈ ਮੋਟਰਸਾਈਕਲ ਬੰਬੂ ਗਾਰਡ ਬਣਾਏ ਹੋਏ ਆ ਮੋਟਰਸਾਈਕਲਾਂ ਨੂੰ ਲਾ ਕੇ ਭਾਜੀ ਦੇਖਿਆ ਨਾ ਉਹ ਮੋਟਰਸਾਈਕਲਾਂ ਨੂੰ ਬਾਈ ਉਹ ਲਾਇਆ ਹੋਇਆ ਜਗਾੜ ਜਾ ਨਾ ਜਿਹੜਾ ਆਪਣੇ ਗੜਾਈ ਵਾਲਾ ਬੋਲਟਾਂ ਨੂੰ ਲਾਇਆ ਹੋਇਆ ਜਿਹੜੇ ਰਾਜਦੂਤ ਜੀ ਤੁਹਾਨੂੰ ਦਿਖਾਏ ਤੇ ਕੱਲ ਪਰਸੋਂ ਵੀਡੀਓ ਦਿਖਾਇਆ ਨਾ ਰਾਜਦੂਤ ਉਹਦੇ ਵਿੱਚ ਲਾਇਆ ਹੋਇਆ ਫੜ ਕਰਦੇ ਪਹਿਲੇ ਚੱਲੀਏ ਫਿਰ ਹੁਣ ਘੱਟ ਗਿਆ ਇਹਦਾ ਪਤਾ ਕੋਈ ਨੀ ਵੀਰੇ ਟਿਕਾਣੇ ਲੱਗ ਜੂਗੇ ਹਾਂ ਇਹ ਕਹਿੰਦਾ ਟਿਕਾਣਾ ਤੇ ਨੇਰੀ ਆ ਗਈ ਜਿਹੜੇ ਗਿੜ ਜਾਣੇ ਨੇ ਕੁਛ ਨੀ ਭੇਜ ਜੂਗਾ ਕੱਪੜੇ ਵੀਰੇ ਨਵੇਂ ਪਾ ਲੂੰਗਾ ਉੱਥੇ ਬੰਦਿਆਂ ਕਹਿੰਦੀ ਬਹਿ ਜੂਗਾ ਜਾ ਕੇ ਆਪਣੇ ਬੰਦਿਆਂ ਚ ਹੈ ਹੋਰ ਜਾਣੇ ਚ ਭਲਾਈ ਆ ਕਣਕ ਵੱਢਣੀ ਸੀ ਕੱਲ ਦੇ ਕੋਈ ਆਇਆ ਨੀ ਕੱਲ ਦੇ ਸੁੱਤੇ ਪਏ ਆ ਅੱਜ ਮੀਂਹ ਪਏ ਤੇ ਇਹਨਾਂ ਦੇ ਚੇਤੇ ਆ ਗਈ ਕਣਕਾਂ 10-20 ਵਿਘੇ ਖੜੇ ਤੇ ਉਰੇ ਵੀ ਸਾਰੇ 10-20 ਵਿਘੇ ਕੱਲ ਦੇ ਪਤਾ ਨੀ ਕਿੱਥੇ ਸੁੱਤੇ ਪਏ ਕੱਲ ਮਸ਼ੀਨ ਖੜੀ ਰਹੀ ਆ ਅੱਜ ਮਾੜੇ ਜੇ ਉੱਠੇ ਤੇ ਇਹਨਾਂ ਨੇ ਮੀਂਹ ਆ ਗਿਆ ਬਾਈ ਅੱਜ ਮਾੜੇ ਜੇ ਉੱਠੇ ਤੇ ਇਹਨਾਂ ਦੀ ਅੱਖ ਖੁੱਲੀ ਆ ਅੱਜ ਉਹ ਬਾਈ ਇਹਨਾਂ ਨੇ ਪਤਾ ਕਿ ਨਖਰੇ ਕਢਾਉਣੇ ਆ ਮੌਸਮ ਸਾਫ਼ ਹੋ ਜਾਂਦਾ ਫਿਰ ਮਸ਼ੀਨ ਗਈ ਹੋਈ ਮੋੜ ਦਿੰਦੇ ਆ ਵਧੀਆ ਲੋਟ ਵੇਖਣੇ ਆਉਂਦੇ ਆ ਕਰੰਟ ਵਾਲੀ ਤਾਰੇ ਲਾਈ ਹੋਈ ਆ ਇਹ ਮਸ਼ੀਨ ਤਾਂ ਲੈ ਕੇ ਭਜਾ ਕੇ ਉਹ ਮੀਂਹ ਤਾਂ ਭਜਨ ਬਾਈ ਸਾਰੇ ਹੀ ਆ ਇਹ ਹਾਂ ਫੋਨ ਆ ਰਹੇ ਗੁਜਰਾਤ ਐਮ ਪੀ ਮਹਾਰਾਸ਼ਟਰ ਸਾਰੇ ਵਿੱਚ ਫੋਨ ਆ ਰਹੇ ਸਾਰੀ ਜਗ੍ਹਾ ਹੀ ਮੀਂਹ ਆਉਣ ਇਹ ਚਲੋ ਹੁਣ ਚੱਲਦੇ ਹਾਂ ਡੇਰੇ 'ਤੇ ਜੀ ਮੀਂਹ ਜ਼ਿਆਦਾ ਫਿਰ ਨਾ ਆ ਜਾਵੇ ਕਿਤੇ ਲਓ ਜੀ ਬਾਈ ਜੀ ਦੇਖੋ ਇੱਧਰ ਮੀਂਹ ਪੈਂਦਾ ਮਾਰੋ ਮਾਰ ਨਿੰਦਰ ਤੇ ਮੋਟਰਸਾਈਕਲ ਹੀ ਸੰਭਲਿਆ ਬਾਈ ਗਿਰ ਗਿਆ ਜੀ ਬਾਈ ਜੀ ਗਾਰਾ ਫਸ ਗਿਆ ਵਿੱਚ ਮੂਹਰੇ ਚੱਕੇ ਦੇ ਵਿੱਚ ਗਾਰਾ ਫਸ ਗਿਆ ਗਿੱਲੀ ਮਗਰਾਣਾ ਦੇ ਵਿੱਚ ਜੀ ਮੋਰਲਾ ਟਾਇਰ ਜਾਮੇ ਹੋ ਗਿਆ ਬਾਈ ਮੋਟਰਸਾਈਕਲ ਕਿਆ ਤਿਲਕ ਕੇ ਸਲਿੱਪ ਹੋ ਕੇ ਵੱਜਿਆ ਹੀ ਐਂ ਥੱਲੇ ਗਾਰਾ ਫਸ ਗਿਆ ਹੋਣਾ ਗਾਰਾ ਮੂਹਰੇ ਸਾਰੇ ਗਾਰਾ ਭਰ ਗਿਆ ਉਹਦੇ ਫਿਰ
बदल लाते राजू नी राजू बदल हो गई पाली बी पुली रात 10 इंची करती एडजस्टमेंट बराबर आने फ्लैट बड़ा बनता कुटता पत्तियां दे विच ए कंपनी ने बड़ा वधिया सिस्टम कराया राजू है ना हैं नहीं तारना पैंदा है ना बैल्टा मुल्टा तारो उहदे कहे ए सिस्टम वधिया हाने में क्या करी जाने समान सांभी जाने हैं समान सांभी जाने केड़ा समान समान केड़ा ही हैं समान केड़ा देख लो बजा राजू ओ ना तेल पाड एक्शन तेल पूरा कर थोड़ा मैं लगे जो दिन पुको पौआ ले लिया तो खाली बोतल ले लो 10 रुपये ठंडे वाली नहीं होंगी जी है जी शेल्टा भी लाइनियाँ यार क्या सवेरे ला ली साजरे शेल्टा सवेरे ला लिया साजरे बाकी मशीन तो मीह ने धोती अच माड़ी मोटी जी कसर पसर ती हो रही बाकी बदल फिर मीह का तवार कोई नहीं फिर भी इधर अपने भजन भाई अज मीह की खुशी च क्या बन रहा भजन अज अज मीह आ जाना मीह के खुद चक्कर च कचौरियां लगे बना भजन भाई बनू कि टाइम लगेगा बनने चलो मिलदे फिर बना लवे फिर दिखाने थानू।